ਮੁਕੀ ਤਰਨਾ ਦਲ ਇਹ ਸਾਡੇ ਸੰਯੁਕਤ ਮੋਰਚੇ ਨੂੰ ਜੀ ਬਾਬਾ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਬੁਲਾਓ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅੰਦੋਲਨ ਤਕਰੀਬਨ 2.5 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਿਹਾ ਹੈ, ਆਪਾਂ ਸਾਰੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ। ਇਹ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ, ਪੂਰੇ ਭਾਰਤ ਵਰਸ਼ ਦਾ ਅੰਦੋਲਨ ਬਣ ਚੁੱਕਿਆ ਹੈ। ਇਹ ਭਾਰਤ ਦੇ ਲੋਕ ਜਿਹੜੇ 85% ਲੋਕ ਨੇ ਉਹਨਾਂ ਦਾ ਅੰਦੋਲਨ ਬਣ ਚੁੱਕਿਆ ਹੈ। ਹੁਣ ਭਾਰਤ ਨੂੰ ਛੱਡ ਕੇ ਪੂਰੇ ਅੰਤਰਰਾਸ਼ਟਰੀ ਜੋ ਦੇਸ਼ ਹਨ ਵਰਲਡ ਦਾ ਅੰਦੋਲਨ ਬਣ ਚੁੱਕਿਆ ਹੈ। ਜੋ ਜੋ ਸਮੇਂ ਸਮੇਂ 'ਤੇ ਸਾਨੂੰ ਮੁਸ਼ਕਲਾਂ ਆਈਆਂ, ਅਸੀਂ ਸੰਘਰਸ਼ ਕਰ ਰਹੇ ਹਾਂ ਇਕਜੁੱਟਤਾ ਦੇ ਨਾਲ। ਕੋਈ ਸਾਡੇ ਵਿੱਚ ਵਖਰੇਵੇ ਨਹੀਂ, ਸਾਰੀ ਅਸੀਂ ਏਕਤਾ ਦੇ ਵਿੱਚ ਹੈ। ਜਦੋਂ ਕੋਈ ਮੋਰਚਾ ਲੱਗਦਾ ਹੈ ਘਬਰਾਇਆ ਨਾ ਕਰੋ, ਉਹਦੇ ਵਿੱਚ ਸ਼ਹੀਦੀਆਂ ਵੀ ਹੁੰਦੀਆਂ ਨੇ, ਉਹਦੇ ਵਿੱਚ ਪਰਚੇ ਵੀ ਹੁੰਦੇ ਨੇ, ਉਹਦੇ ਵਿੱਚ ਬਹੁਤ ਕੁਛ ਹੁੰਦਾ ਹੈ। ਜਾਂ ਤਾਂ ਮੋਰਚੇ ਦੇ ਵਿੱਚ ਆਇਆ ਨਾ ਕਰੋ ਜੇ ਡਰਨਾ ਹੈ ਵੀ ਸਾਡੇ ਨੌਜਵਾਨਾਂ ਨੂੰ ਫੜ ਲਿਆ, ਸਾਡੇ ਨੌਜਵਾਨ ਸ਼ਹੀਦ ਹੋ ਗਏ, ਫਿਰ ਆਉਣ ਦੀ ਲੋੜ ਨਹੀਂ। ਇਹ ਗੱਲਾਂ ਵਾਪਰਦੀਆਂ ਰਹਿੰਦੀਆਂ ਨੇ। ਜੇ ਸਾਡੀ ਸ਼ਹੀਦੀ ਕਰਕੇ ਸਾਡੇ ਆਉਣ ਵਾਲੀ ਜਨਰੇਸ਼ਨ ਮੌਜ ਮਾਣ ਸਕਦੀ ਹੈ, ਫਿਰ ਮੈਂ ਕਹਿੰਦਾ ਮੇਰੀ ਸ਼ਹੀਦੀ ਵੀ ਹੋ ਜਾਵੇ, ਕੋਈ ਗੱਲ ਨਹੀਂ, ਸ਼ਹੀਦੀ ਦੇਣ ਨੂੰ ਤਿਆਰ ਹੈ। ਕਿਉਂਕਿ ਸਾਡਾ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਮੌਜਾਂ ਮਾਣੂਗੀ, ਉਹ ਚੈਨ ਦੀ ਜ਼ਿੰਦਗੀ ਜਿਊਂਗੀ। ਜੇ ਅਸੀਂ ਇੱਥੇ ਸ਼ਹੀਦੀ ਦੇ ਦਈਏ ਕੋਈ ਵੱਡੀ ਗੱਲ ਨਹੀਂ, ਸਾਨੂੰ ਪੂਰੇ ਆਪਣੇ ਵਰਲਡ ਦੇ ਵਿੱਚ ਯਾਦ ਕੀਤਾ ਜਾਂਦਾ ਜਾਊਗਾ। ਮਰਨਾ ਤਾਂ ਗੁਰਮੁਖੋ ਘਰੇ ਵੀ ਹੈ, ਮੌਤ ਘਰੇ ਵੀ ਆ ਜਾਣੀ ਹੈ। ਜਿਹੜਾ ਜੂਝ ਕੇ ਮਰਦਾ ਉਹ ਸੂਰਮਾ ਹੈ, ਉਹ ਜੁਝਾਰੂ ਹੈ। ਇਸ ਕਰਕੇ ਇਹ ਜਿਹੜਾ ਮੋਰਚਾ ਹੈ ਇਹ ਜੁਝਾਰੂ ਕੌਮ ਹੀ ਲਾਇਆ ਕਰਦੀ ਹੈ ਪੂਰੇ ਵਰਲਡ ਦੇ ਵਿੱਚ। ਪੂਰੇ ਭਾਰਤ ਦਾ ਜਿਹੜਾ ਮੋਰਚਾ ਹੈ ਇਹ ਇਕੱਲਾ ਸਿੱਖਾਂ ਦਾ ਨਹੀਂ। ਜੇ ਹੁਣ ਤੱਕ ਸਿੱਖਾਂ ਦਾ ਮੋਰਚਾ ਸਾਨੂੰ ਗੁਰਮੁਖ ਪਿਆਰਿਓ, ਇਹ ਕਦੋਂ ਦੀ ਭਾਰਤ ਹਿੰਦ ਸਰਕਾਰ ਸਾਨੂੰ ਕਦੋਂ ਦੀ ਕੁਚਲ ਦਿੰਦੀ? ਇਹ ਤਾਂ ਚਾਹੁੰਦੀ ਹੈ ਕਿ ਇਹ ਮੋਰਚਾ ਇਕੱਲੇ ਪੰਜਾਬ ਦਾ ਬਣੇ, ਸਿੱਖਾਂ ਦਾ ਬਣੇ। ਮੈਂ ਇਹਨਾਂ ਨੂੰ ਕਦੋਂ ਗੋਲੀਆਂ ਨਾਲ ਭੁੰਨਾਂ, ਕਦੋਂ ਇਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਾਂ, ਕਦੋਂ ਇਹ ਮੋਰਚਾ ਇੱਥੋਂ ਖਤਮ ਕਰਾਂ? ਨਹੀਂ, ਹੁਣ ਇਹ ਮੋਰਚਾ ਪੂਰੇ ਭਾਰਤ ਦਾ ਹੈ, 85% ਲੋਕਾਂ ਦਾ ਹੈ। ਇਹ ਹੁਣ ਕਿਸੇ ਇਕੱਲੇ ਪੰਜਾਬ ਦਾ ਮੋਰਚਾ ਨਹੀਂ ਹੈ। ਸਾਡੇ ਨਾਲ ਅੱਜ ਮੁਸਲਿਮ ਜੋ ਧਰਮ ਹੈ ਉਹਨਾਂ ਦੇ ਆਗੂ ਹਨ, ਜੋ ਮੌਲਾਨਾ ਸੈਯਦ ਨਮਾਨੀ ਜੀ ਜਿਹੜੇ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਹਨ, ਉਹ ਆਪਣੇ ਸਾਥੀਆਂ ਦੇ ਨਾਲ ਇਹ ਕਿਸਾਨ ਜੋ ਮੋਰਚਾ ਹੈ, ਮਜ਼ਦੂਰ ਮੋਰਚਾ ਹੈ, ਇਸ ਨੂੰ ਸਮਰਥਨ ਦੇਣ ਵਾਸਤੇ ਪਹੁੰਚੇ ਹਨ। ਅਸੀਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਜੀਓ ਆਇਆ ਕਹਿੰਦੇ ਹਾਂ, ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਜੀਓ ਆਇਆ ਕਹਿੰਦੇ ਹਾਂ, ਕਿਉਂਕਿ ਇਹ ਪੂਰੇ ਭਾਰਤ ਦੇ ਵਿੱਚ 25 ਕਰੋੜ ਆਬਾਦੀ ਹੈ ਮੁਸਲਿਮ ਭਾਈਚਾਰੇ ਦੀ। ਕਿੱਡਾ ਸਮਰਥਨ ਹੋ ਗਿਆ, 25 ਕਰੋੜ ਦਾ ਅੱਜ ਮੁਸਲਿਮ ਭਾਈਚਾਰਾ ਤੁਹਾਡੇ ਨਾਲ ਖੜ੍ਹ ਗਿਆ। ਇਹ ਅੱਜ ਤੁਹਾਨੂੰ ਸਮਰਥਨ ਦੇਣ ਆ ਗਏ, ਜਿਸ ਤਰ੍ਹਾਂ ਸਾਡਾ ਅਕਾਲ ਤਖ਼ਤ ਸਾਹਿਬ ਦਾ ਜਥੇਹੁੰਦਾਰ ਹੁੰਦਾ ਹੈ, ਇਹ ਵੀ ਸਾਡੇ ਸਤਿਕਾਰਯੋਗ ਨੇ ਮੌਲਾਨਾ ਸੈਯਦ ਨਮਾਨੀ ਜੀ ਜਿਹੜੇ ਪੂਰੇ ਭਾਰਤ ਵਰਸ਼ ਦੇ ਮੁਸਲਮਾਨ ਵੀਰਾਂ ਦੀ ਅਗਵਾਈ ਕਰ ਰਹੇ ਨੇ। ਅੱਜ ਉਹ ਇਸ ਮੰਚ ਤੋਂ ਬੋਲਣ ਆ ਰਹੇ ਨੇ, ਅਤੇ ਜੋ ਭਾਰਤ ਦਾ ਰਾਸ਼ਟਰੀ ਕਿਸਾਨ ਮੋਰਚਾ ਹੈ ਉਹਦਾ ਜੋ ਬਾਮ ਸੇਬ ਦੇ ਪੂਰੇ ਚੀਫ ਹਨ, ਕੌਮੀ ਪ੍ਰਧਾਨ ਹਨ 52 ਮੇਸਰਾਮ ਜੀ, ਉਹ ਵੀ ਪੂਰੇ 85% ਲੋਕਾਂ ਦੀ ਅਗਵਾਈ ਭਾਰਤ ਦੇ ਵਿੱਚ ਕਰ ਰਹੇ ਨੇ। ਉਹ ਵੀ 1-2 ਦਿਨਾਂ ਦੇ ਵਿੱਚ 85% ਲੋਕ ਜੁੜੇ ਹਨ, ਬਾਮ ਸੇਬ ਵੱਲੋਂ ਵੀ ਤੁਹਾਨੂੰ ਸਮਰਥਨ ਕਰ ਦਿੱਤਾ ਗਿਆ ਹੈ, ਉਹ ਵੀ ਥੋੜ੍ਹੇ ਦਿਨਾਂ ਦੇ ਵਿੱਚ ਆ ਕੇ ਤੁਹਾਡੇ ਵਿੱਚ ਹਾਜ਼ਰ ਹੋਣਗੇ, ਹਮਾਇਤ ਦੇਣਗੇ। ਇਹ ਤੁਹਾਡੀ ਤਾਕਤ ਹੈ, ਏਕੇ ਦੀ ਤਾਕਤ ਹੈ। ਇਸ ਕਰਕੇ ਇਹ ਬਿੱਲ ਕੀ ਆ, ਬਿੱਲ ਦਾ ਮਤਲਬ ਇਹ ਹੈ ਕਿ ਸਾਨੂੰ ਜਿਹੜੇ ਇਹ 3.5% ਲੋਕ ਬ੍ਰਾਹਮਣਵਾਦ ਸਰਕਾਰ ਸਾਨੂੰ 85% ਲੋਕਾਂ ਨੂੰ, ਜਿਹੜੀਆਂ ਅਸੀਂ ਭਾਰਤ ਦੇ ਵਿੱਚ 7,600 ਜਾਤਾਂ ਹੈ,
ਅਸੀਂ ਸਾਰੇ ਇਹਨਾਂ ਨੂੰ ਸ਼ੂਦਰ, ਇਹ ਸਾਨੂੰ ਸ਼ੂਦਰੀ ਸਮਝਦੇ ਨੇ। ਤੁਸੀਂ ਆਪਣੀ ਜਨਮ ਕੁੰਡਲੀ ਕਢਾ ਲਿਓ, ਜਾ ਕੇ ਨਜ਼ਰ ਮਾਰ ਲਿਓ। ਇੱਕ ਪਾਸੇ ਲਿਖਿਆ ਹੋਇਆ ਹਰਿਆਣੇ ਦੇ ਵਿੱਚ ਜੱਟ ਕਹਿੰਦੇ ਆ, ਆਪਾਂ ਜੱਟ ਕਹਿ ਦਿੰਦੇ ਹਾਂ। ਜੱਟ ਤੋਂ ਗਾਹਾਂ ਵਾਲਾ ਖਾਨਾ ਆਉਂਦਾ ਹੈ ਜਿਹਦੇ ਵਿੱਚ ਵਰਨ ਲਿਖਿਆ ਹੈ, ਉਹਦੇ ਵਿੱਚ ਕੀ ਲਿਖਿਆ ਹੋਇਆ? ਸ਼ੂਦਰ। ਇੱਕ ਤੀਸਰਾ ਖਾਨਾ ਆਉਂਦਾ ਹੈ, ਉਹਦੇ ਵਿੱਚ ਲਿਖਿਆ ਹੋਇਆ ਰਾਖਸ। ਜਿਹੜੇ ਮਨੁਸਿਮਰਤੀ ਵਾਲੇ ਨੇ ਉਹ ਕਹਿੰਦੇ ਇਹਨਾਂ ਸ਼ੂਦਰਾਂ ਨੂੰ, ਇਹਨਾਂ ਰਾਖਸਾਂ ਨੂੰ ਅਸੀਂ ਜ਼ਮੀਨ ਨਹੀਂ ਦੇਣੀ, ਇਹਨਾਂ ਨੂੰ ਕੋਈ ਹੱਕ ਨਹੀਂ ਮਾਲਕੀਅਤ ਦਾ। ਇਸ ਕਰਕੇ ਸਾਡੇ ਉੱਤੇ ਭਰਾਵੋ, ਇਹ ਜਿਹੜੇ ਖੇਤੀਬਾੜੀ ਕਾਨੂੰਨ ਇੱਕ ਬਹਾਨਾ ਹੈ, ਸਾਥੋਂ ਜ਼ਮੀਨਾਂ ਖੋਹਣੀਆਂ ਚਾਹੁੰਦੇ ਨੇ, ਸਾਨੂੰ ਇਹ ਗੁਲਾਮ ਦੁਆਰਾ ਬਣਾਉਂਦੇ ਚਾਹੁੰਦੇ ਨੇ। ਇਹ ਖਾਲਸਾ ਪੰਥ ਨਿਹੰਗ ਸਿੰਘ ਫੌਜਾਂ ਜੋ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਖੜੀਆਂ ਨੇ। ਜੇ ਕੋਈ ਆਫਤ ਆਉਂਦੀ ਹੈ ਕਿਸਾਨਾਂ ਉੱਤੇ, ਕੋਈ ਜੇ ਹਮਲਾ ਕਰਦਾ ਹੈ, ਉਹਦਾ ਮੂੰਹ ਤੋੜ ਕੇ ਅਸੀਂ ਜਵਾਬ ਦਿੰਦੇ ਹਾਂ, ਦਿੱਤਾ ਵੀ ਹੈ, ਤੁਸੀਂ ਦੇਖਿਆ ਸੋਸ਼ਲ ਮੀਡੀਆ 'ਤੇ, ਤੁਸੀਂ ਦੇਖਿਆ ਸਾਰਾ ਕੁਛ। ਅਸੀਂ ਜਿਹੜੇ ਇੱਥੇ ਚੜ੍ਹ ਕੇ ਆਉਣਗੇ ਉਹਨਾਂ ਨੂੰ ਪੂਰਾ ਮੂੰਹ ਤੋੜ ਜਵਾਬ ਦੇਵਾਂਗੇ, ਤੁਹਾਡੇ ਤੱਕ ਤੱਤੀ ਵਾਹ ਨਹੀਂ ਲੱਗਣ ਦੇਵਾਂਗੇ। ਇਹ ਖਾਲਸਾ ਸਰਕਾਰ, ਇਹ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੌਜਾਂ ਹਨ। ਅੱਜ ਇਸ ਮੋਰਚੇ ਦੇ ਵਿੱਚ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ, ਉੱਥੇ ਸ਼੍ਰੋਮਣੀ ਪੰਥ ਅਕਾਲੀ ਅਰਬਾਂ ਖਰਬਾਂ ਤਾਨਾ ਦਲ ਦੇ ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ, ਤਾਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਨਰਾਇਣ ਸਿੰਘ ਜੀ, ਤਾਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ, ਤਾਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਗੁਰਸੇਵਕ ਸਿੰਘ ਜੀ, ਤਾਨਾ ਦਲ ਦੇ ਮਣੀਆਂ ਵਾਲੇ ਮੁਖੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਮਣੀਆਂ ਵਾਲੇ, ਗੁਰੂ ਨਾਨਕ ਦਲ ਉਹ ਵੀ ਇੱਥੇ ਡਟੇ ਹੋਏ ਨੇ, ਅਤੇ ਤਰਨਾ ਦਲ ਸਿੰਘ ਸਾਹਿਬ ਬਾਬਾ ਤਰਸੇਮ ਸਿੰਘ ਜੀ ਮਹਿਤੇ ਚੌਂਕੀਏ, ਤਰਨਾ ਦਲ ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ ਉਹ ਵੀ ਪਹੁੰਚ ਚੁੱਕੇ ਹਨ, ਬਾਬਾ ਵਿਧੀ ਚੰਦੀਏ, ਬਾਬਾ ਅਵਤਾਰ ਸਿੰਘ ਜੀਆਂ ਵੱਲੋਂ ਵੀ ਲੰਗਰ ਲੱਗ ਚੁੱਕਿਆ ਹੈ, ਉਹ ਵੀ ਆਉਣਗੇ। ਸਾਰੀਆਂ ਖਾਲਸਾ ਨਿਹੰਗ ਸਿੰਘ ਫੌਜਾਂ ਤੁਹਾਡਾ ਡਟ ਕੇ ਸਮਰਥਨ ਕਰਦੀਆਂ ਨੇ, ਕਿਉਂਕਿ ਜਿੱਥੇ ਵੀ ਭਾਰਤ ਦੇ ਵਿੱਚ ਕਿਸੇ ਮੁਸਲਿਮ ਧਰਮ 'ਤੇ, ਕਿਸੇ ਹਿੰਦੂ 'ਤੇ, ਕਿਸੇ ਲੰਗਾਇਤ 'ਤੇ, ਕਿਸੇ ਦਲਿਤ 'ਤੇ, ਕਿਸੇ ਈਸਾਈ 'ਤੇ ਜਦੋਂ ਵੀ ਕੋਈ ਭੀੜ ਪੈਂਦੀ ਹੈ ਜਾਂ ਕੋਈ ਇੱਥੇ ਜ਼ੁਲਮ ਕਰਦਾ ਹੈ, ਉੱਥੇ ਖਾਲਸਾਈ ਫੌਜਾਂ ਜਿਹੜੀਆਂ ਡਟ ਜਾਇਆ ਕਰਦੀਆਂ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਾ ਨਿਵਾਜਾ ਖਾਲਸਾ ਪੰਥ। ਅੱਜ ਭਾਰਤ ਸਰਕਾਰ, ਹਿੰਦ ਸਰਕਾਰ, ਮੋਦੀ ਸਰਕਾਰ, RSS ਦੀ ਸਰਕਾਰ ਸਾਡੇ ਕਿਸਾਨਾਂ ਉੱਤੇ, ਮੁਸਲਮਾਨਾਂ ਉੱਤੇ, ਆਪਣੇ ਮਜ਼ਦੂਰਾਂ ਉੱਤੇ ਜ਼ੁਲਮ ਕਰ ਰਹੀ ਹੈ, ਕਾਲੇ ਬਿੱਲ ਧੱਕੇ ਨਾਲ ਥੋਂਬ ਥੋਂਬ ਰਹੀ ਹੈ। ਇਸ ਕਰਕੇ ਅਸੀਂ ਤੁਹਾਡੀ ਢਾਲ ਬਣ ਕੇ ਖੜ ਗਏ ਹਾਂ, ਉਹਨਾਂ ਚਿਰ ਨਹੀਂ ਹਿਲਦੇ ਜਿੰਨਾ ਚਿਰ ਇਹ ਗੌਰਮੈਂਟ ਸਾਡੇ ਕਾਨੂੰਨ ਰੱਦ ਨਹੀਂ ਕਰ ਦਿੰਦੀ, ਉਹਨਾਂ ਚਿਰ ਅਸੀਂ ਇੱਥੋਂ ਨਹੀਂ ਜਾਵਾਂਗੇ। ਸਾਡੀਆਂ ਲਾਸ਼ਾਂ ਪੰਜਾਬ ਜਾ ਸਕਦੀਆਂ ਨੇ, ਅਸੀਂ ਨਹੀਂ ਜਾਣਾ, ਮਰਾਂਗੇ ਜਾਂ ਜਿੱਤਾਂਗੇ। ਹੁਣ ਤੁਸੀਂ ਦੇਖ ਲਓ ਕੀ ਕਰਨਾ ਵਾ। ਜਿਹੜੇ ਨੌਜਵਾਨ ਸਾਡੇ ਅਜੇ ਤੱਕ ਇਹ ਮੋਰਚਾ ਛੱਡ ਛੱਡ ਕੇ ਜਾ ਰਹੇ ਨੇ, ਭਰਾਵੋ ਯੂਥ, ਮੈਂ ਯੂਥ ਨੂੰ ਬੰਗਾਰ ਕਰਦਾ, ਪੁਕਾਰ ਕਰਦਾ, ਅੱਜ ਤੁਹਾਡੀ ਯੂਥ ਦੀ ਲੋੜ ਹੈ, ਉੱਠੋ। ਜਿਹੜੇ ਭਰਾਵਾਂ ਨੇ ਸਾਡੇ ਜੇਲ੍ਹ ਦੇ ਵਿੱਚ ਬੰਦ ਨੇ, ਚਾਹੇ ਦੀਪ ਸਿੱਧੂ ਆ, ਚਾਹੇ ਕੋਈ ਵੀ ਹੈ, ਹੋਰ ਬੀਬੀ ਨੌਦੀਪ ਕੌਰ ਹੈ, ਔਰ ਜਿਨ੍ਹਾਂ ਨੇ ਹੋਰ ਲਾਲ ਕਿਲੇ ਦੇ ਵਿੱਚ ਜਦੋਂ ਗਏ ਸੀ ਉਹਦੇ ਵਿੱਚ ਫੜੇ ਹੋਏ ਨੇ, ਉਹ ਸਾਡੇ ਭੈਣ ਭਰਾ ਨੇ, ਉਹ ਸਾਡੇ ਬੱਚੇ ਨੇ, ਅਸੀਂ ਉਹਨਾਂ ਨੂੰ ਬਾਹਰੇ ਲੈ ਕੇ ਆਵਾਂਗੇ, ਅਸੀਂ ਉਹਨਾਂ ਨੂੰ ਨਾਲ ਰੱਖਾਂਗੇ। ਸਾਰਿਆਂ ਦਾ ਜਿਹੜਾ ਯੋਗਦਾਨ ਆ, ਕਿਸੇ ਦਾ ਵੀ ਰੋਲ ਮਾੜਾ ਨਹੀਂ, ਸਾਰੇ ਆਪੋ ਆਪਣੀ ਜਗ੍ਹਾ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਨੇ, ਸਭ ਦਾ ਯੋਗ ਚੜ੍ਹਦੀ ਕਲਾ ਦੇ ਵਿੱਚ ਆ, ਕਿਸੇ ਦਾ ਮਾੜਾ ਰੋਲ ਨਹੀਂ ਹੈ। ਅੱਜ ਸਾਨੂੰ ਏਕੇ ਦੇ ਵਿੱਚ ਰਹਿਣ ਦੀ ਲੋੜ ਹੈ, ਕਿਸੇ ਦੇ ਵਿੱਚ ਕੋਈ ਕਮੀ ਨਹੀਂ ਹੈ, ਨਾ ਸਾਡੇ ਆਗੂਆਂ ਦੇ ਵਿੱਚ ਕੋਈ ਕਮੀ ਹੈ ਜਿਹੜੇ ਸਾਡੇ ਲੀਡਰ ਬਣਾਏ ਹੋਏ ਨੇ, ਨਾ ਕਿਸੇ ਯੂਥ ਨੌਜਵਾਨ ਦੇ ਵਿੱਚ ਕੋਈ ਕਮੀ ਹੈ। ਸਾਰਿਆਂ ਨੇ ਫੁੱਲ ਸਪੋਰਟ ਇਸ ਕਿਸਾਨ ਮੋਰਚੇ ਨੂੰ ਬੁਲੰਦੀਆਂ 'ਤੇ ਲਿਜਾਣ ਵਾਸਤੇ ਦਿੱਤੀ ਹੈ। ਇਹ ਅੱਜ ਮੋਰਚਾ ਜਿਹੜਾ ਹੈ ਪੂਰੀਆਂ ਬੁਲੰਦੀਆਂ ਦੇ ਉੱਤੇ ਆ, ਸਿਖਰਾਂ ਦੇ ਉੱਤੇ ਹੈ। ਹੁਣ ਤਾਂ ਉਹ ਗੱਲ ਹੋ ਗਈ, ਹਾਥੀ ਲੰਘ ਗਿਆ, ਪੂੰਸ ਰਹਿ ਗਈ, ਉਹ ਵੀ ਅਸੀਂ ਕਰ ਦੇਣੀ ਹੈ। ਜਿੱਤ ਯਕੀਨੀ ਹੈ, ਅਸੀਂ ਜਿੱਤ ਕੇ ਜਾਵਾਂਗੇ, ਜਿੱਤਾਂਗੇ, ਜਿੱਤਾਂਗੇ, ਅਤੇ ਪੂਰੇ ਭਾਰਤ ਦਾ ਮੋਰਚਾ ਇਹ। ਇਸ ਕਰਕੇ ਮੈਂ ਤੁਹਾਨੂੰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਓ, ਘਰਾਂ ਦੇ ਵਿੱਚ ਬੈਠਣਾ ਨਹੀਂ ਹੈ, ਜੂਝਣਾ ਹੈ। ਜਿਹੜੇ ਸਾਡੇ ਨੌਜਵਾਨ ਫੜੇ ਹੋਏ ਨੇ ਜਾਂ ਭੈਣਾਂ ਫੜੀਆਂ ਹੋਏ ਨੇ, ਉਹਨਾਂ ਨੂੰ ਵੀ ਬਾਹਰ ਲਿਆਉਣਾ ਹੈ ਅਤੇ ਇਸ ਮੋਰਚੇ ਦੀ ਚੜ੍ਹਦੀ ਕਲਾ ਕਰਨੀ ਹੈ। ਜਿਹੜੇ ਸਾਡੇ ਲੀਡਰ ਨੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਜੋ ਵੀ ਸਾਨੂੰ ਪ੍ਰੋਗਰਾਮ ਦੇਣਗੇ ਅਸੀਂ ਉਹਨਾਂ ਦੇ ਫੁੱਲ ਚੜ੍ਹਾਵਾਂਗੇ। ਆਪਦੇ ਕੋਲੋਂ ਕੋਈ ਪ੍ਰੋਗਰਾਮ ਨਹੀਂ ਦਿੰਦੇ, ਅਸੀਂ ਉਹਨਾਂ ਦੇ ਨਾਲ ਹੈ। ਅਸੀਂ ਇਹ 85% ਲੋਕ ਬ੍ਰਾਹਮਣਵਾਦ ਜਿਹੜਾ ਸਾਨੂੰ ਇਹ ਮਨੁਸਿਮਰਤੀ ਲਾਗੂ ਕਰਨਾ ਚਾਹੁੰਦਾ ਹੈ, ਜਿਹੜੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਇਹ ਗੁਲਾਮ ਬਣਾਉਣਾ ਚਾਹੁੰਦੇ ਨੇ। ਅਸੀਂ 85% ਲੋਕ ਸਾਡੇ ਜਿਹੜੇ ਹਨ ਭਾਰਤ ਦੇ, ਅਸੀਂ ਇੱਕ ਹੋ ਗਏ, ਸਾਨੂੰ ਜਾਗਰਤ ਆ ਗਈ। ਹੁਣ ਅਸੀਂ ਇੱਥੇ ਮਨੁਸਿਮਰਤੀ ਲਾਗੂ ਨਹੀਂ ਹੋਣ ਦੇਵਾਂਗੇ। ਅਸੀਂ ਜਿਹੜਾ ਸਾਡਾ ਡਾਕਟਰ VR ਅੰਬੇਡਕਰ ਦਾ ਸੰਵਿਧਾਨ ਹੈ ਉਹਨੂੰ ਅਸੀਂ ਜਿਉਂਦਾ ਤਿਉਂ ਰੱਖਾਂਗੇ, ਉਹਨੂੰ ਲਾਗੂ ਰੱਖਾਂਗੇ। ਭਾਰਤ ਦੇ ਵਿੱਚ ਉਹੀ ਕੰਮ ਕਰੂਗਾ, ਉਹ ਸਾਡਾ ਸੰਵਿਧਾਨ ਹੈ ਜੋ ਡਾਕਟਰ VR ਅੰਬੇਡਕਰ ਨੇ ਲਿਖਿਆ ਹੋਇਆ ਹੈ, ਅਸੀਂ ਉਹਦੇ ਉੱਤੇ ਪਹਿਰਾ ਦੇਵਾਂਗੇ, ਮਨੁਸਿਮਰਤੀ ਨੂੰ ਨਹੀਂ ਲਾਗੂ ਹੋਣ ਦੇਵਾਂਗੇ। ਹੁਣ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ,
भी जे तेनू ये लोग आ भारत के लोग वोट पा के तेनू सत्ता दे विच लिया सकते है तो इन्हों की वोट तेनू सत्ता तो तार के खत्म भी कर सकती है। एक साड़ी होर मंग जुड़नी चाहिए है इत्थे एक मंग होर कि भारत दे विचो ईवीएम खत्म हो जाए फिर चाहे एक असी गधा मोदी के खिलाफ खड़ा दिए वह भी जित के जाऊगा इतों करे मोदी ईवीएम खत्म करे फिर देखे चोन लड़के जितों मर्जी देख लवे किसान मजदूर एक गधा खड़ा करे वह भी जित के जाऊगा। इस करके गुरमुख ये चाहिए है सानू ईवीएम की मंग भी खत्म करनी चाहिए है। हुण जिहड़ा मोर्चा साडे आगू ने मैं इन्हां नूं बेनतियां करूँगा सिंघू बार्डर बिल्कुल मुकम्मल तौर पर बंद है। गाजीपुर बार्डर की एक सड़क चलती है वह बंद होनी चाहिए है। टिकरी बार्डर की सड़क चलती है वह भी बंद करनी चाहिए। असीं जे शांति दे विच बैठी हाँ फिर बंद क्यों नहीं करते ये बंद होनिया चाहिए ने। यह मेरा मसबर है आगूआं नूं इहदे उत्ते ध्यान देण पर एके दे विच सारी खालसा फौज तुहाडे नाल खड़ी है। असीं मरदे दम तक जिन्ना चिर बिल रद्द नहीं हो जाते तुहाडे नाल खड़ांगे इत्थों नहीं जावांगे जित के जावांगे। साडे आगू सानूं चढ़दी कला दे विच ने जिहड़े नौजवान साडे फड़े होए ने उहनां नूं बाहर लियावांगे इत्थे तुहाडे विच उह वी जूझणगे। सारिआं दा रोल चढ़दी कला दे विच है। दुबारा फिर मैं मुस्लिम जो साडे आगू आए हुए हन मौलाना सैयद मौलाना नुमानी जी जिहड़े आल इंडिया मुस्लिम भरा हन साडे वो समर्थन सानू देण वास्ते आए हुए हैं। एक दो दिनों दे विच बाम सेफ दे जो प्रधान साहब हैं उन्होंने भी आना है अते साडे राष्ट्रीय प्रधान सुरेश लाल वर्मा जी वह भी मंच के उत्ते मौजूद हैं। होर सारिआं दा मैं धन्नवाद सारिआं नू जीओ ऐ करदा हाँ अते पंजाब दे जूथ नू मैं ललकार करदा है कि आजो करे बैठण दा टाइम नहीं है आजो तुहाडी लोड़ आ इत्थे तुहाडी दिल्ली दे विच लोड़ है घरां दे विच लोड़ नहीं असी खड़े हाँ तुहाडे नाल तुहानू कोई कमी किसी की लीडर की मजदूर नहीं होण देवांगे असी तुहाडे नाल आ जूथ नू पुकार है बहीरा कट के कल नू चाले पा दो टिकरी बार्डर ते खड़न नू थौना होवे असी तुहाडा जिहड़ी कली कली आवाज़ वह लीडरां तक पहुँचावांगे। भरावो एका दिखाओ एक दे विच बरकत है एक तो बिना कोई गल नहीं बननी। आओ सारे रल के असी गुरु साहब अगे वध तो वध बाणी पढ़िया करो क्योंकि सच ते सुच दा पहरा है जिहड़ा सच बोलूगा चढ़दी कला दे विच रहूगा झूठ दा कदे भी गुरमुख प्यारो चलदा नहीं। एक झूठ बोलांगे सौ झूठ बोलने पैणगे इस करके सच कह दिओ सच सभना का खसम है जिहड़ा सच आ सारिआं दा खसम है। ये सच चढ़दी कला दे विच सच बोलो सच ते पहरा दिओ किसे तो डरन दी लोड़ नहीं। जे मेरे विच कमी है तुसीं दसो मैं उहनूं दूर करूँगा फिर ही मेरा तुहाडे सामने खड़न दा फायदा है। जे मैं अपनियां कमियां लुकाउंदा फिरां डरदा भजदा फिरां वह गल नहीं बननी। इस करके तुसीं सारे नौजवान इस मोर्चे का समर्थन करो जाओ ना असीं सारिआं नूं लै के आवांगे बारे सब नूं लै के आवांगे तुहाडे जिहड़े अपनी जंग आ इहनूं जारी रखांगे इहनूं रद्द होण तक असीं लड़दे रहांगे मर जावांगे नहीं जावांगे जित्तांगे। भारत हुण मैं तुहानूं कल्ले पंजाब दा हरियाणे दा नारा लाया करो भारत किसान मजदूर एकता भारत किसान मजदूर एकता क्योंकि जे असी पंजाब ते हरियाणे दे नाम लाउण लग गए जिहड़े साडे 37 सूबे ने वह नाराज़ हुंदे ने। इस करके ये पूरे भारत का पूरे वर्ल्ड का मोर्चा है असी इकट्ठे हाँ सानू साथ देना चाहिए सारिआं दा फर्ज बनता है। आओ सब का धन्नवाद है भुल्लां चुक्कां दी खिमा वाहिगुरू जी का खालसा वाहिगुरू जी की फतेह। श्री अकाल धन्यवाद बाबा राजा राम सिंह जी खरबा मदाले दा। अगले अगले भी बुलारे साडे इसे संप्रदाय दे जने जथेदार बाबा नारायण सिंह जी मुखी धरना दल। आओ जी बाबा जथेदार जी। वाहगुरु जी असी वीर है वीर बहादुरां दे।